Jindabad! Modi Sarkar! Mordabad! Modi Sarkar! Mordabad! Punjab Sarkar! Mordabad! ਕਾਦੀਆਂ ਜ਼ਿਲ੍ਹਾ ਜਲੰਧਰ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਸਾਨਾਂ ਦੇ ਪਿੰਡਾਂ ਵਿੱਚ ਜਾ ਕੇ ਅਤੇ ਇਹ ਕਹਿ ਰਹੇ ਆ ਕਿ ਜੇ ਤੁਸੀਂ ਪਰਾਲੀ ਨੂੰ ਅੱਗ ਲਾਈ ਤਾਂ ਤੁਹਾਡੇ 'ਤੇ ਪਰਚਾ ਹੋਊਗਾ। 23 ਤਰੀਕ ਤੋਂ ਲੈ ਕੇ ਅੱਜ ਤੱਕ ਕਿਸਾਨ ਮੰਡੀਆਂ 'ਚ ਬੈਠਾ, ਕੀ ਸਰਕਾਰ 'ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ? ਸਰਕਾਰ ਦੇ ਉੱਤੇ ਜੇ ਪਰਚਾ ਦਰਜ ਹੋਵੇ, ਜੇ ਸਰਕਾਰ ਦੇ ਨੁਮਾਇੰਦਿਆਂ 'ਤੇ ਪਰਚਾ ਦਰਜ ਹੋਵੇ ਤਾਂ ਉਹ ਕਿਉਂ ਨਾ ਚੁੱਕਣ? ਕਿਸਾਨ ਹੀ ਆ ਕਿ ਜਿਹੜਾ ਰੋਲਣ ਵਾਸਤੇ ਬੈਠਾ ਆ। ਗੌਰਮੈਂਟ ਨੇ ਜੋ ਕਹਿਤਾ ਉਹੀ ਕਹਿਤਾ। ਇਸ ਕਰਕੇ ਸਰਕਾਰ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੇ ਸਰਕਾਰ ਉਸ ਗੱਲ 'ਤੇ ਨਹੀਂ ਪੂਰੀ ਉਤਰਦੀ। ਪਰ ਉਹਦਾ 1 ਤਰੀਕ ਤੋਂ ਹੀ ਪਰਚੇਜ ਕਰਨੀ, 1 ਤਰੀਕ ਤੋਂ ਪਰਚੇਜ ਕਰਨੀ ਸੀ, ਪਰ ਅੱਜ 5 ਦਿਨ ਹੋਣ ਦੇ ਬਾਵਜੂਦ ਵੀ ਅਜੇ ਤੱਕ ਅੱਜ ਪੰਜ ਵੀ ਨਿਕਲ ਗਿਆ, ਅੱਜ ਤੱਕ ਵੀ ਕਿਸੇ ਮੰਡੀ ਵਿੱਚ ਪਰਚੇਜ ਨਹੀਂ ਹੋਈ, ਅਤੇ ਸਰਕਾਰ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਝੋਨਾ ਨਾ ਚੱਕਣ ਕਰਕੇ। ਝੋਨਾ ਨਾ ਚੱਕਣ ਕਰਕੇ ਅਤੇ ਜਿਹੜੇ ਝੋਨੇ ਦੀ ਭਰਾਈ ਹੋ ਰਹੀ ਹੈ? ਕੁਛ ਨਹੀਂ ਹੋ ਰਿਹਾ ਜੀ, ਅਜੇ ਕੋਈ ਭਰਾਈ ਨਹੀਂ ਹੋ ਰਹੀ, ਕੋਈ ਭਰਾਈ ਨਹੀਂ ਹੋ ਰਹੀ, ਕੋਈ ਬਾਰਦਾਨਾ ਨਹੀਂ ਆ ਰਿਹਾ ਜੀ, ਅਜੇ ਕੁਛ ਵੀ ਨਹੀਂ ਹੋ ਰਿਹਾ। ਕੁਛ ਨਹੀਂ ਹੈਗਾ, ਬਾਰਦਾਨਾ ਹੈ ਨਹੀਂ, ਬਾਰਦਾਨਾ ਵੀ ਹੈ ਨਹੀਂ, ਕੋਈ ਏਜੰਸੀ ਮੰਡੀ 'ਚ ਪਹੁੰਚੂਗੀ ਤਾਂ ਬਾਰਦਾਨਾ ਆਊਗਾ। ਠੀਕ ਹੈ, ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਕਿਸਾਨ ਨਹੀਂ, ਜੇ ਗੌਰਮੈਂਟ ਨਹੀਂ ਚੱਕਦੀ ਤਾਂ ਗੌਰਮੈਂਟ 'ਤੇ ਵੀ ਪਰਚਾ ਦਰਜ ਹੋਵੇ। ਠੀਕ, ਪੰਜਾਬ ਦੇ ਪ੍ਰਧਾਨ ਸਾਹਿਬ ਦੀ ਲੋੜ, ਜ਼ਿਲ੍ਹਾ ਪ੍ਰਧਾਨ ਵੀਕੇ ਜੋ ਪੰਜਾਬ, ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜੋ ਪੰਜਾਬ ਅਤੇ ਭਾਰਤੀ ਕਿਸਾਨ ਜੋ ਪਾਰਟੀਆਂ ਦੇ ਸਾਰੇ ਨੁਮਾਇੰਦੇ ਇੱਥੇ ਆਏ ਹਾਂ ਝੋਨੇ ਦੀ ਖਰੀਦ ਨਾ ਸ਼ੁਰੂ ਹੋਣ ਦੇ ਕਰਕੇ। ਝੋਨੇ ਦੀ ਖਰੀਦ ਜਿਹੜੀ ਆ 1 ਤਰੀਕ ਨੂੰ ਸ਼ੁਰੂ ਅੱਗੇ ਸਾਰੀਆਂ ਸਰਕਾਰਾਂ ਕਰਦੀਆਂ ਵਾ, ਪਰ ਇਹ ਪਹਿਲੀ ਸਰਕਾਰ ਆ ਜਿਹਨੇ ਅੱਜ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ। ਬਹਾਨਾ ਇਹ ਬਣਾਇਆ ਜਾ ਰਿਹਾ ਵੀ ਸੈਲਰਾਂ ਦੇ ਵਿੱਚ ਪਿਛਲੇ ਸਾਲ ਦਾ ਝੋਨਾ ਪਿਆ ਜਾਂ ਆੜ੍ਹਤੀਆਂ ਦੀਆਂ ਜਿਹੜੀਆਂ ਵਾ ਅਤੇ ਕਮਿਸ਼ਨ ਨਹੀਂ ਵਧਾਇਆ ਗਿਆ। ਆੜ੍ਹਤੀਆਂ ਦਾ ਕਮਿਸ਼ਨ ਫਿਰ ਵੀ ਵਧਾਇਆ ਜਾ ਸਕਦਾ ਆ, ਝੋਨਾ ਜਿਹੜਾ ਗੋਦਾਮਾਂ 'ਚ ਪਿਆ ਉਹ ਚੱਕਿਆ ਜਾ ਸਕਦਾ ਆ, ਪਰ ਜਿਹੜੀ ਜ਼ਿਮੀਂਦਾਰਾਂ ਦੀ ਪੱਕੀ ਹੋਈ ਫਸਲ ਆ ਇਹ ਨਹੀਂ ਰੋਕੀ ਜਾ ਸਕਦੀ। ਸਾਡੀ ਫਸਲ ਜਿਹੜੀ ਆ ਅੱਜ 20 ਦਿਨ ਹੋ ਗਏ ਮੰਡੀਆਂ ਦੇ ਵਿੱਚ ਪਈ ਨੂੰ ਝੋਨਾ। ਸਾਨੂੰ ਸਰਕਾਰ ਨੇ ਕਿਹਾ ਸੀ ਵੀ ਅਗੇਤਾ ਝੋਨਾ ਲਾਓ, ਪਾਣੀ ਜਿਹੜਾ ਥੱਲੇ ਜਾ ਰਿਹਾ ਵਾ ਪਾਣੀ ਦੀ ਬੱਚਤ ਕੀਤੀ ਜਾਵੇ, ਸਾਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ। ਮੁੱਖ ਮੰਤਰੀ ਸਾਹਿਬ ਦੀ ਗੱਲ ਮੰਨਦਿਆਂ ਜ਼ਿਮੀਂਦਾਰਾਂ ਨੇ ਅਗੇਤੀ ਫਸਲ ਜਿਹੜੀ ਆ ਅਗੇਤੀ ਪੱਕਣ ਵਾਲੀ ਕਿਸਮਾਂ ਉਹ ਬੀਜੀਆਂ ਔਰ ਅਗੇਤਾ ਝੋਨਾ ਮੰਡੀਆਂ 'ਚ ਆ ਗਿਆ, ਪਰ ਹਜੇ ਤੱਕ ਕੋਈ ਖਰੀਦ ਚਾਲੂ ਨਹੀਂ ਕੀਤੀ। ਇਹ ਸਰਕਾਰ ਦੀ ਬਿਲਕੁਲ ਲੱਗੀ ਆ, ਬਹਾਨਾ ਇਹ ਬਣਾਇਆ ਜਾ। ਅਸਲ ਵਿੱਚ ਜਿਹੜੀ ਸੈਂਟਰ ਸਰਕਾਰ ਆ ਉਹ ਝੋਨੇ ਦੀ ਖਰੀਦ ਤੋਂ ਆਪਣਾ ਹੱਥ ਪਿੱਛੇ ਖਿੱਚਣਾ ਚਾਹੁੰਦੀ ਆ, ਬਹਾਨਾ ਤੇ ਜਿਹੜੇ ਆ ਉਹ ਨਿੱਕੇ ਮੋਟੇ ਬਣਾਏ ਜਾ ਰਹੇ ਆ। ਸਾਡੇ ਕੱਲ੍ਹ ਮਹਿਤਪੁਰ ਮੰਡੀ ਦੇ ਵਿੱਚ ਆੜ੍ਹਤੀਆਂ ਨੇ ਅਤੇ ਸਰਕਾਰ ਨੇ ਮਿਲ ਕੇ ਜ਼ਿਮੀਂਦਾਰਾਂ ਦਾ ਪਿਛਲੇ 1 ਹਫ਼ਤੇ ਤੋਂ ਮੰਡੀਆਂ ਦੇ ਵਿੱਚ ਝੋਨਾ ਆਉਣਾ ਬੰਦ ਕੀਤਾ ਸੀਗਾ, ਕਹਿੰਦੇ ਟਰਾਲੀਆਂ ਮੰਡੀਆਂ ਦੇ ਵਿੱਚ ਨਾ ਲੈਣ, ਮੌਕਚਰ ਤੁਹਾਡਾ ਵਧਿਆ। ਅਸੀਂ ਕੱਲ੍ਹ ਉੱਥੇ ਆੜ੍ਹਤੀਆਂ ਨਾਲ ਮੀਟਰ ਲਾ ਕੇ ਧਰਨਾ ਲਾ ਕੇ ਆਪਦਾ ਝੋਨਾ ਜਿਹੜਾ ਮੰਡੀਆਂ 'ਚ ਪਜਾਇਆ, ਸਾਡਾ ਝੋਨਾ ਟਰਾਲੀਆਂ 'ਚ ਪਿਆ ਖਰਾਬ ਹੋਣ ਡਿਆ ਸੀਗਾ, ਖੱਤਿਆਂ 'ਚ ਝੋਨਾ ਡਿੱਗ ਰਿਹਾ ਵਾ। ਸਰਕਾਰ ਖਰੀਦੇ ਨਾ ਖਰੀਦੇ ਅਸੀਂ ਸਾਡਾ ਅਸੀਂ ਝੋਨਾ ਵੱਢ ਕੇ ਆਪਦੀਆਂ ਮੰਡੀਆਂ ਵਿੱਚ ਲਿਆਉਣ ਜੋਗੇ ਹੈਗੇ ਆ ਨਾ,